ਮੇਰੇ ਬੱਚਿਆਂ ਦਾ ਪਿਓ ਮਾਰ ਦਿੱਤਾ। ਚੰਗੇ ਭਲੇ ਗਏ ਗੁੜੀਆ ਦਾ, ਉਹਨਾਂ ਦੀ ਗੁੜੀਆ ਦਾ ਬਰਥਡੇ ਸੀ, ਉਹ ਸੈਲਰੀ ਕਢਾ ਕੇ ਲਿਆਈ ਉਹਨਾਂ ਦੇ ਕੋਲੋਂ, ਕਿਸੇ ਨੇ ਪੈਸੇ ਦੇਖ ਕੇ ਉਹਨਾਂ ਨੂੰ ਮਾਰ ਦਿੱਤਾ ਹੈ। ਕਾਕੂ ਨੇ ਮਾਰਿਆ ਉਹਨਾਂ ਨੂੰ, ਉਹਦੇ ਪੈਸੇ ਕੱਢ ਲਏ ਚਿੱਟੇ ਵਾਲਿਆਂ ਨੇ, ਉਹਨੂੰ ਮਾਰ ਦਿੱਤਾ। ਹਾਂਜੀ ਸਰ, ਅਸੀਂ ਉਹਨਾਂ ਦੀ ਵੀਡੀਓ ਦੇਖੀ ਆ ਸਰ, ਉਹਨੂੰ ਮਾਰ ਕੇ ਸਿੱਟ ਗਏ। ਤੇ ਉਹਨਾਂ ਨੇ ਪੂਰਾ ਆਸ਼ਵਾਸਨ ਦਿੱਤਾ ਕੱਲ ਸਵੇਰੇ 10 ਵਜੇ ਤੱਕ ਦੋਨੋਂ ਮੁੰਡੇ ਰਾਊਂਡ ਅਪ ਕੀਤੇ ਜਾਊਗੇ, ਜਿਹੜੀ ਬੰਦੀ ਕਾਰਵਾਈ ਹੈ ਉਹ ਮੁਕੰਮਲ ਕੀਤੀ ਜਾਊਗੀ। ਕਾਰਨ ਬਈਆ ਸਾਨੂੰ ਵੀ ਨਹੀਂ ਪਤਾ, ਸ਼ਾਮੀ 7 ਵਜੇ ਦਾ ਮੁੰਡਾ ਗਿਆ ਹੋਇਆ, ਬੱਚੇ ਦਾ ਜਨਮ ਦਿਨ ਸੀਗਾ, ਕੇਕ ਲੈਣ ਗਿਆ ਮੁੜ ਕੇ ਨਹੀਂ ਆਇਆ। ਉਹ ਸੀ ਕੈਮਰੇ, ਇਹ ਸਫਾਈ ਕਰਮਚਾਰੀ ਹੈ, ਮੁਲਾਜ਼ਮ ਹੈ ਕਾਰਪੋਰੇਸ਼ਨ ਦਾ, ਸੰਨੀ ਕੁਮਾਰ, ਇਹਦੀ 32-33 ਸਾਲ ਦੀ ਉਮਰ ਹੈ, ਇਹ ਸਾਡੇ 3 ਮੁੜੀਆਂ ਵਾਲਮੀਕੀ ਮਹੱਲੇ 'ਚ। ਕਾਰਨ ਭਾਈ ਸਾਹਿਬ, ਜਦੋਂ ਬੰਦੇ ਫੜੇ ਜਾਊਗੇ ਤਫਤੀਸ਼ ਕਰੂਗੇ ਤਾਂ ਹੀ ਪਤਾ ਚੱਲੂਗਾ ਨਾ। ਇਹ ਅਸੀਂ ਤਾਂ ਕੈਮਰਿਆਂ 'ਚੋਂ ਦੇਖ ਕੇ ਇਹਨਾਂ ਕੋਲ ਕੈਮਰੇ ਰਿਕਾਰਡਿੰਗ ਦਿੱਤੀ, ਇਹ ਕਹਿ ਰਹੇ ਆ ਕਿ ਸਵੇਰੇ 10 ਵਜੇ ਬੰਦੇ ਇੱਥੇ ਹਾਜ਼ਰ ਹੋਊਗੇ। ਧਰਨਾ ਲਾਉਣ ਦਾ ਕਾਰਨ ਇਹ ਸੀਗਾ ਜੀ, ਇੱਕ ਬੰਦਾ ਫੜਿਆ ਸੀਗਾ ਇਹਨਾਂ ਨੇ, ਉਹ ਇਹਨਾਂ ਨੇ ਕਿਸੇ ਦੀ ਜ਼ਿੰਮੇਵਾਰੀ ਦੇ ਰੱਬ ਜਾਣੇ ਕਿੱਦਾਂ ਛੱਡਿਆ ਛੱਡਤਾ, ਪਰ ਹੁਣ SHO ਸਾਹਿਬ ਆਪ ਆਏ ਆ, ਉਹ ਕਹਿੰਦੇ ਮੇਰੀ ਜ਼ਿੰਮੇਵਾਰੀ ਹੈ, ਮੈਂ ਹੁਣੇ ਹੀ ਪੜ ਕੇ ਲਿਆਉਂਦਾ ਉਹਨੂੰ, ਕੱਲ ਸਵੇਰੇ 10 ਵਜੇ ਤੱਕ ਮੁਕੰਮਲ ਜੋ ਕਾਰਵਾਈ ਬਣਦੀ ਉਹ ਆਪਾਂ ਕਰਾਂਗੇ। ਭਾਈ, ਅਸੀਂ ਇਹਨਾਂ ਨੂੰ ਪ੍ਰੂਫ ਸਮੇਤ ਬੰਦਾ ਚੁਕਵਾਇਆ ਸੀਗਾ ਜੀ, ਇਹਨਾਂ ਦੇ ਬੰਦਾ ਵੀ ਛੱਡ ਦਿੱਤਾ ਹੈਗਾ ਆ, ਉੱਤੋਂ ਦੀ ਉਹਦੀ ਜੇਬ 'ਚ 11,000 ਰੁਪਈਆ ਸੀਗਾ ਮੁੰਡੇ ਦੀ ਮਰੇ ਉਹਦੀ, ਉਹ ਦੋਸ਼ੀਆਂ ਨੇ ਉਹ ਵੀ ਪੈਸੇ ਕੱਢ ਲਏ, ਤਾਂ ਉਹਦਾ ਫੋਨ ਕੱਢ ਕੇ ਘੁੰਮਦੇ ਰਹੇ ਸਾਰੀ ਰਾਤ। 3 ਵਜੇ ਲੋਕੇਸ਼ਨ ਇਹਨਾਂ ਨੇ ਆਪ ਦੱਸੀ ਕਿ 3 ਵਜੇ ਲੋਕੇਸ਼ਨ ਉੱਥੇ ਹੀ ਚੱਲਦੀ ਪਈ ਕਸ਼ਮੀਰ ਨਗਰ ਦੀ, ਅਤੇ ਕਸ਼ਮੀਰ ਨਗਰ ਫਿਰ ਦੁਬਾਰਾ ਉਹਦੇ ਕਸ਼ਮੀਰ ਨਗਰ ਜੋ ਮਾਰ ਫੋਨ ਉਹਦੀ ਜੇਬ 'ਚ ਰਾਤੀ ਪਾਤਾ ਗਿਆ ਹੈਗਾ ਆ। ਹਾਂਜੀ, ਸਨੀ ਜੀ। ਭਾਈ, ਉਹਨਾਂ ਨੂੰ ਪੈਸੇ ਦੇਖ ਕੇ ਉਹਨਾਂ ਨੂੰ ਮਾਰ ਦਿੱਤਾ ਆ ਜੀ, ਉਹਦੀ ਜੇਬ 'ਚ ਪੈਸੇ ਕੱਢੇ ਗਏ ਆ 11,000 ਰੁਪਈਆ ਜੀ। ਹਾਂਜੀ, ਇੱਕ ਮਿੰਟ ਚੁੱਪ ਕਰ। ਇਹ ਉਹਨਾਂ ਨੇ ਜੀ ਸਮਾਨ ਲਾਂਦੇ, ਚਿੱਟਾ ਚੁੱਟਾ ਲਾਂਦੇ ਹੈਗੇ ਆ, ਚਿੱਟਾ ਲਾ ਕੇ ਇਹਨਾਂ ਨੇ ਸਮਾਨ ਦੇ ਪੈਸੇ ਕੱਢ ਲਏ ਸਾਰੇ ਉਹਦੇ। 3 ਨੰਬਰ ਜੀ, 3 ਨੰਬਰ ਗੌਸ਼ਾਲਾ ਰੋਡ। ਹਾਂਜੀ, ਕਾਰਪੋਰੇਸ਼ਨ ਦੇ ਮੁਲਾਜ਼ਮ ਸੀਗਾ ਜੀ। ਹਾਂਜੀ ਹਾਂਜੀ, ਸੈਲਰੀ ਮਿਲੀ ਸੀਗੀ, ਸੈਲਰੀ ਸਾਰੇ। ਹਾਂਜੀ, ਉਹਨੇ 11,000 ਰੁਪਇਆ ਕੱਢਿਆ ਜੀ, ਸਾਨੂੰ ਸਵੇਰੇ ਪਤਾ ਲੱਗਿਆ 12:30 ਵਜੇ ਜਦੋਂ ਉਹਦੀ ਲਾਸ਼ ਸਾਨੂੰ ਮਿਲੀ ਆ। ਲਾਸ਼ ਜੀ ਏਦਾਂ ਕੀ ਕਹਿੰਦੇ ਉਹਨੂੰ ਮਾਰ ਕੇ ਨਾ ਸਿੱਟਿਆ ਹੋਇਆ ਕਿੱਦਾਂ ਪਾਣੀ ਦੇ, ਸਾਰੀ ਰਾਤ ਉਹਨੂੰ ਫੋਨ ਕਰਦੇ ਰਹੇ ਆ, ਉਹਨੂੰ 5 ਵਜੇ ਮਾਰਿਆ। ਉਹ ਕਿਹਦੀ ਗਲੀ ਨੰਬਰ ਕਿੰਨਾ ਜੀ? ਗੌਸ਼ਾਲਾ ਰੋਡ ਤੇ ਉੱਤੇ ਹੀ ਗਲੀ ਪੈਂਦੀ ਆ, ਕਿ ਚੋਪੜੇ ਵਾਲੀ ਸਕੂਟਰ ਵਾਲੀ ਦੁਕਾਨ ਉਹਦੇ ਨਾਲ ਗਲੀ ਪੈਂਦੀ ਆ ਜੀ, ਉੱਥੇ ਮਾਰਿਆ। ਹਾਂਜੀ, ਪੂਰਾ ਡੈਡ ਸੀਗਾ ਜੀ, ਚਲੋ ਲੈ ਕੇ ਗਏ ਆ। ਹਾਂਜੀ, ਪੁਲਿਸ ਨੇ ਇਤਲਾਹ ਦਿੱਤੀ, ਬੰਦੇ ਚੁਕਵਾਏ ਆ, ਉਹਨੇ ਬੰਦੇ ਚੱਕ ਕੇ ਫੇਰ ਛੱਡ ਦਿੱਤੇ ਜੀ। ਕਾਕੂ ਬਣਾਇਆ ਸੀ, ਇੱਕ ਬੰਦਾ ਬਣਾਇਆ ਸੀਗਾ ਜੀ, ਇੱਕ ਬੰਦਾ ਬਣਾਇਆ ਸੀਗਾ, ਨਾ ਕਾਕੂ ਸੀਗਾ ਜੀ।
ਆ ਵੀਡੀਓ ਦੇ ਵਿੱਚ ਦਾ ਫੋਟੋ ਆ, ਹਾਂ ਛੱਡ ਦਿੱਤਾ ਜੀ। ਇਹ ਪਤਾ ਨਹੀਂ ਹੁੰਦੀ, ਇਹਨਾਂ ਨੂੰ ਪੁੱਛਾਂਗੇ ਕੀ ਕਾਰਨ ਕਾਹਦੀ ਗੱਲੋਂ ਛੱਡਿਆ ਸੀਗਾ ਜੀ। ਨਹੀਂ ਜੀ ਉਹ ਨਸ਼ਾ ਨਹੀਂ ਕਰਦਾ, ਡਰਿੰਕ ਕਰਦਾ ਜੀ ਬਸ। 6 ਵਜੇ ਦਾ ਜੀ ਹੋਇਆ ਪਿਆ ਗੈਪ, ਦਾ ਸਵੇਰੇ 12:30 ਵਜੇ ਮਿਲਿਆ ਜੀ ਮਰਿਆ ਹੋਇਆ। ਹਾਂਜੀ ਅਸੀਂ ਤਾਂ ਕਹਿੰਦੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਜੀ, ਕਿ ਉਹ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਜੀ।